ਵੀ ਇਹ ਯੂਨੀਅਨਸ ਜਿਹੜੀਆਂ ਉਹ ਆਰਥਿਕ ਲੜਾਈ ਲੜਦੀਆਂ ਤੇ ਇਹਨਾਂ ਨੂੰ ਹੋਣ ਵਾਲੀਆਂ ਗੱਲਾਂ ਸ਼ਾਇਦ ਸਮਝ ਨਹੀਂ ਆਉਂਦੀਆਂ। ਦੂਸਰੀ ਗੱਲ ਜੇ ਨਿਸ਼ਾਨ ਸਾਹਿਬ ਲੱਗਦੇ ਆ ਤਾਂ ਉਹ ਤਾਂ ਖਾਲਸੇ ਨਿਸ਼ਾਨ ਆ, ਉਹ ਹੀ ਨਿਸ਼ਾਨ ਸਾਹਿਬ ਸੀਗੇ ਜਿਨ੍ਹਾਂ ਕਰਕੇ ਸ਼ੰਭੂ ਬੈਰੀਅਰ ਟੁੱਟੇ। ਜਿੱਦਣ ਸ਼ੰਭੂ ਬੈਰੀਅਰ ਟੁੱਟਿਆ ਉਦਣ ਇਹ ਸਮਝ ਲਓ ਵੀ ਸਭਰਾਉਣ ਵਾਲੀ ਜਿਹੜੀ ਉਹ ਪੁਲੀ ਟੁੱਟ ਗਈ ਇਹਨਾਂ ਲੀਡਰਾਂ ਵਾਸਤੇ ਵਾਪਸ ਜਾਣ ਵਾਸਤੇ। ਅੱਜ ਇਹਨਾਂ ਕੋਲ ਕੋਈ ਆਪਸ਼ਨ ਨਹੀਂ ਗੀ ਵੀ ਇਹ ਕਾਨੂੰਨ ਰੱਦ ਕਰਵਾਉਣ, ਕਿਉਂਕਿ ਜਿਹੜੇ ਪਿੱਛੇ ਲੋਕ ਬੈਠੇ ਹੈਗੇ ਆ ਜਿਹੜੇ ਉਹ ਸਿੱਖੀ ਜਜ਼ਬੇ ਨਾਲ ਇਹਨਾਂ ਨਾਲ ਜੁੜੇ ਹੋਏ ਆ, ਉਹ ਇਹਨਾਂ 'ਤੇ ਕੁੰਡਾ ਹੈਗੇ ਇੱਕ ਤਰ੍ਹਾਂ ਦੇ। ਅਤੇ ਸਭ ਤੋਂ ਵੱਡੀ ਇਹ ਆ ਕਿ ਇਹ ਤਾਂ ਹਾਲੇ ਟੈਸਟ ਸ਼ੁਰੂ ਹੋਇਆ, ਇਹ ਤਾਂ ਕਿਲੇ ਨੂੰ ਘੇਰਾਬੰਦੀ ਕੀਤੀ ਆ, ਪਤਾ ਨਹੀਂ ਕਿੰਨੇ ਮਹੀਨੇ ਬਹਿਣਾ ਪੈ ਜੇ। ਜ਼ੀ ਵਰਗਾ ਗੋਦੀ ਮੀਡੀਆ ਇਹ ਕਹਿੰਦਾ ਹੈ ਕਿ ਵੀ ਆਹ ਉਹ ਝੂਠੀਆਂ ਗੱਲਾਂ ਫੈਲਾਉਂਦਾ। ਜਿਹੜਾ ਐਕਚੁਅਲ ਐਕਸ਼ਨ ਬਣਦਾ ਸੀ ਉਹ ਇਹ ਬਣਦਾ ਸੀਗਾ ਵੀ ਜ਼ੀ ਮੀਡੀਆ ਦੇ ਉੱਤੇ ਇੱਕ ਕ੍ਰਿਮੀਨਲ ਚਾਰਜ ਪਾਉਣ, ਉਹਨੇ ਸਾਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ, ਸਾਨੂੰ ਸਾਡੇ ਸੰਘਰਸ਼ ਨੂੰ ਮਿਲਾਈਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਖਾਲਸਾ ਨਿਸ਼ਾਨ ਹੇਠ ਹੀ ਲੜਿਆ ਜਾ ਰਿਹਾ ਸੰਘਰਸ਼ ਆ, ਇਹਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜੇ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਿੰਘੂ ਬਾਰਡਰ ਤੋਂ ਸਵਾਗਤ ਹੈ। ਸਿੰਘੂ ਬਾਰਡਰ ਤੇ ਥੋੜੀ ਜਿਹੀ ਜਿਹੜੀ ਹਲਚਲ ਹੈ ਉਹ ਹੋਈ ਹੈ ਏਕਤਾ ਨੂੰ ਲੈ ਕੇ, ਗੱਲਾਂ ਹੋਣ ਲੱਗੀਆਂ ਨੇ। ਜਿਹੜੇ ਸੁਹਿਰਦ ਇਸ ਮੋਰਚੇ ਦੇ ਨਾਲ ਜੁੜੇ ਹੋਏ ਨੇ ਲੋਕ, ਚਾਹੇ ਨੌਜਵਾਨ ਹੋਣ ਜਾਂ ਫਿਰ ਬੁੱਧੀਜੀਵੀ ਹੋਣ, ਕਿਸਾਨ ਲੀਡਰ ਹੋਣ ਜਾਂ ਫਿਰ ਸਿੱਖ ਲੀਡਰ ਹੋਣ, ਉਹ ਸਾਰੇ ਹੁਣ ਕੋਸ਼ਿਸ਼ ਦੇ ਵਿੱਚ ਜੁਟੇ ਹੋਏ ਨੇ ਕਿ ਇਸ ਮੋਰਚੇ ਦੇ ਵਿੱਚ ਕਿਤੇ ਏਕਤਾ ਟੁੱਟ ਨਾ ਜਾਵੇ। ਕਿਉਂ ਇਸ ਗੱਲ ਦੀ ਚਿੰਤਾ ਹੋ ਗਈ ਹੈ? ਸਾਡੇ ਨਾਲ ਅਜੇਪਾਲ ਸਿੰਘ ਬਰਾੜ ਨੇ। ਅਜੇਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਦਾ ਖਾਲਸ ਟੀਵੀ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤੁਸੀਂ ਵੀ ਲਾਈਵ ਹੋ ਕੇ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਏਕਤਾ ਜਿਹੜੀ ਹੈ ਉਹ ਬਣੀ ਰਹੇ, ਕਿਉਂ ਲੋੜ ਪੈ ਗਈ ਆਪਾਂ ਨੂੰ ਏਕਤਾ ਦੀ ਗੱਲ ਕਰਨ ਦੀ? ਪਿੱਛੇ ਜੇ ਜੀ ਆਪਣਾ ਸਟੇਜ ਤੋਂ ਇਹਦੀਆਂ ਗੱਲਾਂ ਹੋਈਆਂ ਕਿ ਵੀ ਜਿਹੜੇ ਖਾਲਸਾਈ ਨਿਸ਼ਾਨ ਆ ਜਾਂ ਚਿੰਨ੍ਹ ਆ ਉਹ ਹਟਾ ਦਿੱਤੇ ਜਾਣ ਜਾਂ ਨਿਹੰਗ ਸਿੰਘਾਂ ਦੀ ਜਿਹੜੀ ਇੱਥੇ ਛਾਉਣੀ ਆ ਉਹ ਹਟਾ ਦਿੱਤੀ ਜਾਵੇ, ਤਾਂ ਉਹ ਅਚਨਚ ਇੱਕ ਦਿਨ ਹੀ ਨਹੀਂ ਹੋਈਆਂ ਸੀ, ਪਿੱਛੇ ਦੋ ਤਿੰਨ ਦਿਨਾਂ ਤੋਂ ਹੋ ਰਹੀਆਂ ਸੀ। ਅਤੇ ਉਹਦੇ ਰਿਸਪੋਂਸ ਦੇ ਵਿੱਚ ਜਿਹੜੇ ਆਪਣਾ ਇਸ ਥੋਟ ਦੇ ਸੀ ਜਾਂ ਜ਼ਿਆਦਾ ਜਿਹੜੇ ਜ਼ਿਆਦਾ ਬਹੁਮਤ ਇੱਥੇ ਆਈ ਵੀ ਆ, ਉਹਨਾਂ ਦਾ ਵਿੱਚ ਰੋਸ ਸੀਗਾ ਕਿ ਵੀ ਸਾਡੇ ਜਿਹੜੇ ਜਿਹੜਾ ਸਾਡੇ ਚਿੰਨ੍ਹ ਹੈਗੇ ਆ ਜਾਂ ਸਾਡੇ ਜਿਹੜੀਆਂ ਸਾਡੀ ਭਾਵਨਾ ਵਾ ਉਹਨੂੰ ਇਹਦੇ 'ਤੇ ਠੇਸ ਲੱਗਦੀ ਆ ਕਿਸੇ ਢੰਗ ਨਾਲ, ਤਾਂ ਉਹਦੇ ਵਿੱਚ ਇੱਕ ਪਾੜਾ ਪੈਣ ਦਾ ਡਰ ਸੀਗਾ। ਹਾਲਾਂਕਿ ਕੱਲ੍ਹ ਬਹੁਤ ਹੀ ਤਿੱਖੇ ਪ੍ਰਤੀਕਰਮ ਦੋਨੇ ਪਾਸਿਓਂ ਆਉਣੇ ਸ਼ੁਰੂ ਹੋ ਗਏ ਸੀਗੇ, ਤਾਂ ਇਹਦੇ ਨਾਲ ਨਾ ਆਪਾਂ ਕਿਸੇ ਨਾ ਕਿਤੇ ਆਪਦੇ ਟੀਚੇ ਤੋਂ ਭਟਕਣ ਦਾ ਡਰ ਸੀ। ਹਾਂ, ਇਹ ਨਹੀਂ ਹੋਣਾ ਨਹੀਂ ਚਾਹੀਦਾ ਸੀ, ਪਹਿਲੀ ਸੱਟੇ ਤਾਂ ਇਹ ਹੋਣਾ ਹੀ ਨਹੀਂ ਚਾਹੀਦਾ ਸੀ ਸਟੇਜ ਤੋਂ ਇਹ ਜੀ ਗੱਲ, ਪਰ ਜੇ ਹੋਈ ਸੀ ਤਾਂ ਉਦੋਂ ਬਾਅਦ ਸਾਨੂੰ ਇਹਨੂੰ ਫਾਇਰ ਫਾਈਟ ਕਰਨਾ ਚਾਹੀਦਾ ਸੀ ਜਾਂ ਇਹਨੂੰ ਇਹ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਨਜਿੱਠਦੇ। ਅਤੇ ਠੀਕ ਆ, ਆਪਾਂ ਉਹਨੂੰ ਐਕਸਪ੍ਰੈਸ ਕੀਤਾ ਅਤੇ ਰਾਜੇਵਾਲ ਸਾਹਿਬ ਨੇ ਵੀ ਮਾਫ਼ੀ ਮੰਗੀ ਆ, ਪਰ ਕੇਰਾਂ ਇੱਕ ਵਾਰੀ ਜਿਹੜੀ ਸਿਚੁਏਸ਼ਨ ਸੀ ਉਹਨਾਂ ਨੇ ਬੋਇਲ 'ਤੇ ਲੈ ਆਉਂਦੀ ਸੀਗੀ ਇੱਕ ਤਰ੍ਹਾਂ, ਮਤਲਬ ਸਿਚੁਏਸ਼ਨ ਉਹਨਾਂ ਨੇ ਵਿਗਾੜ ਦਿੱਤੀ ਸੀ ਇੱਕ ਤਰ੍ਹਾਂ। ਬਿਲਕੁਲ, ਸੋ ਤੁਹਾਨੂੰ ਕੀ ਲੱਗਦਾ ਸੀ ਕਿ ਸਟੇਜ ਤੋਂ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ? ਬੜੇ ਹੀ ਜ਼ਿੰਮੇਵਾਰ ਲੀਡਰ ਨੇ ਬਲਵੀਰ ਸਿੰਘ ਰਾਜੇਵਾਲ, ਬੜੀਆਂ ਆਸਾਂ ਨੇ, ਉਮੀਦਾਂ ਨੇ ਇੱਥੇ ਬੈਠੇ ਲੱਖਾਂ ਕਿਸਾਨਾਂ ਦੀਆਂ, ਉਹਨਾਂ ਤੋਂ ਕੀ ਤੁਸੀਂ ਕੀ ਸਮਝਦੇ ਹੋ? ਦਬਾਅ ਹੋ ਸਕਦਾ ਪਿੱਛੋਂ ਜਾਂ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਹੈ? ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਕੋਈ ਗਲਤ ਬਿਆਨ ਨਹੀਂ ਦਿੱਤਾ, ਮਾਫ਼ੀ ਵੀ ਮੰਗ ਚੁੱਕੇ ਨੇ। ਵੇਖੋ ਜੀ, ਜਿੱਥੋਂ ਤੱਕ ਗਲਤ ਬਿਆਨ ਦੀ ਗੱਲ ਆ ਕਿ ਜਿਵੇਂ ਸਟੇਜ ਦੇ ਉੱਤੋਂ ਇਹ ਕਹਿਣਾ ਬਿਲਕੁਲ ਗਲਤ ਆ ਕਿ ਵੀ ਫੌਜ ਸੇ ਨਿਹੰਗਾਂ ਦੀ ਛਾਉਣੀ ਤੋਂ ਹਟਾ, ਹਾਲਾਂਕਿ ਉਹ ਆਪ ਖੁਦ ਕਹਿੰਦੇ ਆ ਕਿ ਵੀ ਸਾਨੂੰ ਉਹਨਾਂ ਨੇ ਆਖਿਆ ਵੀ ਸਾਨੂੰ ਚਿੱਠੀ ਲਿਖ ਦਿਓ ਅਤੇ ਅਸੀਂ ਹਟਾ ਦਿੰਦੇ ਹਾਂ, ਤਾਂ ਜੇ ਉਹੀ ਗੱਲ ਹੋਈ ਹੈ ਤਾਂ ਉਹ ਐਵਨਿਊ ਐਕਸਪਲੋਇਟ ਕੀਤੇ ਬਗੈਰ ਜਾਂ ਉਹ ਆਪਸ਼ਨ ਨੂੰ ਯੂਜ਼ ਕੀਤੇ ਬਗੈਰ ਜਾਂ ਕੋਈ ਜੇ ਪ੍ਰੋਬਲਮ ਸੀ ਤਾਂ ਅੰਦਰੋਂ ਅੰਦਰ ਗੱਲ ਹੋਣੀ ਚਾਹੀਦੀ ਸੀਗੀ, ਪਹਿਲੀ ਗੱਲ ਤਾਂ ਇਹ ਆ। ਦੂਸਰੀ ਗੱਲ ਜੇ ਨਿਸ਼ਾਨ ਸਾਹਿਬ ਲੱਗਦੇ ਆ ਤਾਂ ਉਹ ਤਾਂ ਖਾਲਸੇ ਨਿਸ਼ਾਨ ਆ, ਉਹ ਹੀ ਨਿਸ਼ਾਨ ਸਾਹਿਬ ਸੀਗੇ ਜਿਨ੍ਹਾਂ ਕਰਕੇ ਸ਼ੰਭੂ ਬੈਰੀਅਰ ਟੁੱਟੇ, ਅਤੇ ਹੁਣ ਇਹ ਉਹਨਾਂ ਦਾ ਘਾੜਤ 'ਚੋਂ ਆਈ ਆ ਕਿਤੇ ਨਾ ਕਿਤੇ ਇਹ ਆ ਕਿ ਵੀ ਇਹ ਯੂਨੀਅਨਸ ਜਿਹੜੀਆਂ ਉਹ ਆਰਥਿਕ ਲੜਾਈ ਲੜਦੀਆਂ ਅਤੇ ਇਹਨਾਂ ਨੂੰ ਹੋਣ ਵਾਲੀਆਂ ਗੱਲਾਂ ਸ਼ਾਇਦ ਸਮਝ ਨਹੀਂ ਆਉਂਦੀਆਂ, ਜਾਂ ਤਾਂ ਉਹਨਾਂ ਦੀ ਆਪਦੀ ਘਾੜਤ 'ਚੋਂ ਜਦੋਂ ਬੰਦੇ 'ਤੇ ਪ੍ਰੈਸ਼ਰ ਪੈਂਦਾ ਤਾਂ ਜਿਹੜੀ ਉਹਦੀ ਘਾੜਤ ਆ ਉਹ ਉੱਭਰ ਕੇ ਸਾਹਮਣੇ ਆ ਜਾਂਦੀ ਆ, ਇੱਕ ਤਾਂ ਇਹ ਹੋ ਸਕਦਾ। ਦੂਜਾ ਕਿਤੇ ਨਾ ਕਿਤੇ ਮੈਂ ਇਹ ਵੀ ਸਮਝਦਾ ਵੀ ਜਿੱਦਣ ਸ਼ੰਭੂ ਬੈਰੀਅਰ ਟੁੱਟਿਆ ਉਦਣ ਇਹ ਸਮਝ ਲਓ ਵੀ ਸਭਰਾਉਣ ਵਾਲੀ ਜਿਹੜੀ ਉਹ ਪੁਲੀ ਟੁੱਟ ਗਈ ਇਹਨਾਂ ਲੀਡਰਾਂ ਵਾਸਤੇ ਵਾਪਸ ਜਾਣ ਵਾਸਤੇ, ਠੀਕ ਹੈ ਨਾ ਜੀ। ਅੱਜ ਇਹਨਾਂ ਕੋਲ ਕੋਈ ਆਪਸ਼ਨ ਨਹੀਂ ਗੀ ਵੀ ਇਹ ਕਾਨੂੰਨ ਰੱਦ ਕਰਵਾਉਣ, ਕਿਉਂਕਿ ਜਿਹੜੇ ਪਿੱਛੇ ਲੋਕ ਬੈਠੇ ਹੈਗੇ ਆ ਜਿਹੜੇ ਉਹ ਸਿੱਖੀ ਜਜ਼ਬੇ ਨਾਲ ਇਹਨਾਂ ਨਾਲ ਜੁੜੇ ਹੋਏ ਆ, ਉਹ ਇਹਨਾਂ 'ਤੇ ਕੁੰਡਾ ਹੈਗੇ ਇੱਕ ਤਰ੍ਹਾਂ ਦੇ, ਤਾਂ ਉਹ ਵੀ ਹੋ ਸਕਦਾ। ਅਤੇ ਦੂਜੀ ਪਾਸੇ ਸਟੇਟ ਜਿਹੜੀ ਆ ਉਹ ਹਮੇਸ਼ਾ ਚਾਹੁੰਦੀ ਆ, ਇਹ ਕੋਈ ਵਰਤਾਰਾ ਆਪਾਂ ਪਹਿਲੀ ਵਾਰ ਨਹੀਂ ਵੇਖਿਆ ਇਸ ਇਤਿਹਾਸ 'ਚ, ਜਦੋਂ 84 ਵੇਲੇ ਧਰਮ ਯੁੱਧ ਮੋਰਚਾ ਲੱਗਿਆ ਸੀ
उदो संतान अकालिया ने स्टेज तो बोलने वास्ते मना करता से मंजी साहब दीवान हॉल से उन्होंने बोलन नहीं दिता जाता सी। दूसरा यह सीगा कि उन्होंने उत्ते उन्होंने बहुत क्लोज उन्होंने उत्ते भी बहुत अपना प्रेशर पाया तो उन्होंने बहुत ही क्लोज मतलब जोड़े सके उन्होंने इतों तक कतल तक होया। पर उतों आप भी सीखना चाहिए अपने लोगों भी यह सीखना चाहिए। मैं इतने एक अपील करूँगा अपने जोड़े सिख सोच वाले है जोड़े ज़्यादा तो बहुतात है इतने आई भी उन्होंने ये भी समझना चाहिए कि सानू उन्होंने संतान की उस अगवाई तो या उस स्टैप्स तो सिक्ख्या भी लैनी चाहिए है कि उन्होंने ये कहा कि भी इस मते तो बगैर मैं कुछ नहीं सोचूंगा इनू लीहो नहीं लैन दूंगा मैं इस टाइम डेस्परेट नहीं होऊंगा मैं आपका सबर नहीं उन्होंने टेस्ट होया उन्होंने सबर आपका गवाया नहीं उत्थे। सो वो सीखने की लोड़ आ क्योंकि ये भी कितने ना कि गल्लां हो रही ने कि जिहड़े सिख नौजवान ने जिवें सोशल मीडिया से जिस तरीके राजेवाल ने बयान दिता उस तो बाद जिवें दा रिएक्शन आया बहुत ही गर्म रिएक्शन है जिहड़ा आया इत्थे भी लगता भी थोड़ा काली कर जांदे ने अपने लोग जिहड़े सिख भाईचारे दे लोग की समझदे हो तुसीं? देखो जी रिएक्शन यूथ का आना एक कॉमन गल है ना क्योंकि यूथ के सिर पर ही ये जो अज हो रहा है इस कोई शक नहीं कि भी हर वर्ग शामिल आ हर चीज़ पर वो जो सिख यूथ आ बहुत वड्डी देन आ जी अज दिल्ली घिरी भी आ तो उन्हां करके घिरी भी आ। सो रिएक्शन उन्हां दा है पर यह हुण साडे अर्गियां दा या होरां दा समझाउण दी लोड़ है कि भी आपां प्रवोक ना होईए क्योंकि ये आपां नूं प्रवोक करके उस अंग नूं अपने नूं हो सकदा किसी की चाल होवे कि आपां नूं इत्थों रोज गुस्से करवा के या किसी हिसाब नाल सानूं प्रवोक करके इस मोर्चे तो अड कर दिता जाए। जे वो यूथ अड हो जाता इस मोर्चे तो कुंडा भी खत्म होजू तो जिहड़ा प्रैशर पै रहा स्टेट पर वह भी खत्म होजू तो काम बहुत सौखा होजूगा। तो इस करके आपां नूं ठीक आ इस कोई गल नहीं कि गुस्सा आना जायज़ आ गुस्सा आना बनता भी आ पर यह भी वह भी आ कि भी सानू जिहड़ा वो कहिंदे ना भी कि देख के अंडत डट करना पऊ सानू सबर च रहना पऊ ये जिहड़ा संघर्ष आ ये जिथे साडा विवेक टैसट कर रहा उत्थे साडा सिदक ते सबर भी टैसट करूगा साडा अनुशासन भी टैसट करूगा। तो सब तो वड्डी ये आ कि ये तो हाले टैसट शुरू होया ये तो किले नू घेराबंदी की आ पता नहीं किन्ने महीने बहना पै जे तो आपां नू पेशेंस रखनी चाहिए आपदे आप नू पॉजिटिव रखना चाहिए ठीक आ चाला भी चलिया जाणगियां सानू इत्थों पासे करन वास्ते सानू गुस्से भी किया जाऊगा औखा भी किया जाऊगा। तुसी आपदे ये ना सोचो कि भी किहड़ी मंशा चों वह बंदा कर रहा है कि वह दबा हेट कर रहा है किसी के कहण हेट कर रहा है या उसकी घाड़त है जो छड्ड दो सारियां गल्लां क्योंकि उन्हें एनालिसिस पवांगे आपां होर रोल जिहदे जावांगे आपां सिर्फ ये वेखना है कि साडा रिएक्शन की होना चाहिए साडा रिएक्शन आ असीं इत्थे डटे रहीए साडी रिएक्शन आ कि असीं इत्थों हड़ीए ना साडा रिएक्शन आ कि असीं यह वेखना है कि जिस टीचर नूं असीं लैके आए हाँ वह टीचा साडा पूरा हुंदा कि नहीं ठीक आ। सबर भी रखना बहुत औखा हैगा पर यही तो सिखी आ यही तो खालसे का न्यारापन आ कि वह जाबर के अगे सबर नाल जितता है। बिल्कुल रिएक्शन की गल की कि जाहिर तौर पर होना ही सीगा कुदरती हुंदा क्योंकि नौजवान है यूथ है तो दूसरे पास कुछ जिहड़े हैगे ने भड़काऊ तत्व भी हुंदे ने उन्हां बारे तुसी की कहोगे कि जिहड़ा इहो जिहे माहौल का फायदा चुकते हैं चाहे उहदे विच हकूमत होवे जां फिर होर लोग होण जिहड़े कि हकूमत दे नाल हुंदे ने उन्हां तों किवें बचण लोग कि एका बनिया रहे इस मोर्चे दा? देखो जी जिहड़े लोग इहदा फायदा चकते ना दो तीन तरह दे जेनुअनली एग्रीव्ड हो जांदे आ ना दोनों पासे हो सकदे आ वो तो पॉसीबल है एक ह्यूमन इंस्टिंक्ट आ मेरी सोच आ मैं फिर उन्होंने एक्सप्रैस बहुत अग्रैसिवली करना लग जाना उन्होंने तो नज़रअंदाज करना चाहिए पर जिहड़ा कोई कंटीन्यूअस ट्रेंड शो कर रहा तो भी इन भड़का की कोशिश करता किसी पास ही हो जिहड़ा भी उन्होंने पाड़ा पाने की कोशिश कर रहा उसे तो सुचेत होवो तुम उसे तो पासे हटो माफ़ी उन्होंने वालों माफ़ी मंगने के बावजूद भी जे असीं उन्हें स्ट्रैच कर माफ़ी मंगने तो बाद बावजूद आपां नूं ये जरूर होना चाहिए सुचेत रहना चाहिए उन्होंने मिल लेना चाहिए कुछ जिहड़े भी सिखी बुद्धि जीवी है दो चार वो कुछ एल्डर्स कुछ यूथ तीन चार पांच जने का जत्था बना के उन्होंने मिल लैन उन्होंने गलबात कर लैन कि भाई ये गांह तो नहीं होना चाहिए क्योंकि साड़ी कॉन्ट्रीब्यूशन बहुत हैगी है देविच ते उहदे बगैर जे तुसीं चाहे गाजीपुर जाते रहो चाहे इत्थे आ जाओ चाहे टिकरी जाते रहो या कुछ भी जाते रहो ये खालसा ही निशान हेठ ही लड़िया जा रहा संघर्ष आ इहनूं रद्द नहीं किया जा सकता। जे किते दो जी वर्गा गोदी मीडिया ये कहिंदा है कि भी आ झूठिया गल्लां फैलाउंदा है तो चलो मान लो किसी पॉइंट से आप ये भी मान लीए भी कि खालिस्तानी भी है संघर्ष है तो सुप्रीम कोर्ट ही अलाउ कर दी है भी वो की राइट्स नहीं गियां उहदियां भी तो राइट्स है तो वो गल
ਉਹ ਜਿਹੜਾ ਐਕਚੁਅਲ ਐਕਸ਼ਨ ਬਣਦਾ ਸੀ ਉਹ ਇਹ ਬਣਦਾ ਸੀ ਕਿ ਵੀ ਔਰ ਜ਼ੀ ਮੀਡੀਆ ਦੇ ਉੱਤੇ ਇੱਕ ਕ੍ਰਿਮੀਨਲ ਚਾਰਜ ਪਾਉਂਦੇ ਕਿ ਉਹਨੇ ਸਾਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ, ਸਾਨੂੰ ਸਾਡੇ ਸੰਘਰਸ਼ ਨੂੰ ਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਆ। ਅਤੇ ਦੂਜੇ ਪਾਸੇ ਤੁਸੀਂ ਇਹ ਵੇਖੋ ਉਹ ਮੀਡੀਆ ਵੀ ਹੈ ਜਿੱਥੇ ਇੱਕ ਬੱਚਾ ਕਹਿੰਦਾ ਵੀ ਰੋਟੀ ਕੌਣ ਦੇ ਰਿਹਾ, ਉਹ ਕਹਿੰਦਾ ਸਰਦਾਰ ਦੇ ਰਿਹਾ, ਠੀਕ ਆ। ਇੱਕ ਅਜੀਤ ਅੰਜੁਮ ਦਾ ਸ਼ੋਅ ਹੈ, ਉਹ ਕਹਿੰਦਾ ਵਾਹ ਸਰਦਾਰ ਜੀ, ਮਤਲਬ ਤੁਹਾਡਾ ਜਵਾਬ ਨਹੀਂ ਕਹਿੰਦਾ, ਤਾਂ ਉਹ ਤੁਹਾਨੂੰ ਪੋਜ਼ਿਟਿਵ ਹੀ ਤਾਂ ਮਿਲ ਰਿਹਾ ਨਾ। ਇਸ ਬੋਥ ਸਾਈਡਸ ਨੇ, ਹਾਂਜੀ, ਇਸ ਲਾਈਨ ਤੋਂ ਬਾਅਦ ਜਦੋਂ ਤੁਸੀਂ ਜਾਂਦੇ ਰਹਿੰਦੇ ਹੋ ਜਾਂ ਅੱਗੇ ਜਾਂਦੇ ਹੋ, ਉੱਥੇ ਤੁਸੀਂ ਕਾਮਰੇਡ, ਤਰਕਸ਼ੀਲ, ਖਾਲਿਸਤਾਨੀ ਜਾਂ ਸਿੱਖ, ਇਹ ਡਿਸਕ੍ਰਿਪਸ਼ਨ ਨਹੀਂ ਗੀ। ਜੇ ਤੁਹਾਡੇ ਪੱਗ ਬੰਨੀ ਆ, ਦਾੜੀ ਕੇਸ ਹੈਗੇ ਆ, ਤਾਂ ਤੁਸੀਂ ਸਰਦਾਰ ਹੋ, ਉਹਨਾਂ ਵਾਸਤੇ ਸਿੱਖ ਹੋ। ਜੇ ਇੱਥੇ ਕੁਛ ਅਸੀਂ ਦੇ ਕੇ ਜਾ ਰਹੇ ਹਾਂ ਤਾਂ ਸਾਰਿਆਂ ਦਾ ਹੀ ਪੋਜ਼ਿਟਿਵ ਬਣ ਰਿਹਾ। ਤਾਂ ਇਹ ਰਾਜੇਵਾਲ ਸਾਹਿਬ ਸ਼ਾਇਦ ਦਬਾਅ ਹੇਠ ਸੀ ਜਾਂ ਕੋਈ ਉਹਨਾਂ ਦੀ ਇੰਟੈਂਸ਼ਨ ਸੀ, ਤਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਜੇ ਆਪਾਂ ਗੱਲ ਕਰ ਲਈਏ ਕਿ ਅਸਰ ਕੀ ਹੋਇਆ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਦਾ ਅਸਰ ਹੈ, ਜਿਹੜਾ ਉਹ ਜੋ ਉਹਨਾਂ ਨੇ ਅਪੀਲ ਕੀਤੀ ਪ੍ਰੈਕਟੀਕਲੀ ਉਹਦੇ 'ਤੇ ਅਸਰ ਹੋਇਆ, ਉਹਦੇ ਨਾਲ ਕਿੰਨਾ ਕੁ ਫਰਕ ਪਿਆ ਵੀ ਉਹ ਸਾਰੀਆਂ ਚੀਜ਼ਾਂ ਹਟ ਗਈਆਂ ਜਿਹੜੀਆਂ ਉਹ ਹਟਾਉਣ ਦੀ ਅਪੀਲ ਕਰਦੇ? ਦੇਖੋ ਜੀ, ਰਾਜੇਵਾਲ ਸਾਹਿਬ ਕੋਈ ਨਵੇਂ ਤਾਂ ਲੀਡਰ ਬਣੇ ਨਹੀਂ, ਹੈ ਨਾ। ਮੇਰੇ ਨਾਲੋਂ ਗੁਰਬਾਣੀ ਨਾਲ ਵੀ ਬਿਹਤਰ ਜੁੜੇ ਹੋਏ ਆ ਅਤੇ ਸਿੱਖੀ ਨੂੰ ਵੀ ਉਹ ਬਿਹਤਰ ਸਮਝਦੇ ਆ ਕਿਉਂਕਿ ਫੀਲਡ 'ਚ ਜਿਹੜੇ ਆ। ਅਤੇ ਇਹ ਬਿਆਨ ਦੇਣਾ ਅਤੇ ਕਿਸੇ ਨੂੰ ਫੋਰਸ ਨਾਲ ਸਿੱਖ ਨੂੰ ਹਟਾਉਣਾ, ਉਹਦੇ ਉਹ ਤਾਂ ਮੇਰਾ ਖਿਆਲ ਜਜ਼ਬਾ ਦੂਜਾ ਪੈਦਾ ਕਰਦਾ। ਅਤੇ ਕੱਲ੍ਹ ਉਹ ਖਾਲਸੇ ਨਿਸ਼ਾਨ ਜ਼ਿਆਦਾ ਨਜ਼ਰ ਆਏ ਹੈ, ਹੋਰ ਵੀ ਜ਼ਿਆਦਾ ਉਹਨਾਂ ਦਾ ਰਿਐਕਸ਼ਨ ਆਇਆ, ਬੋਲੇ ਸੋ ਨਿਹਾਲ ਦੇ ਨਾਰੇ ਜਾਂ ਜਕਾਰੇ ਵੀ ਜ਼ਿਆਦਾ ਆਏ। ਅਤੇ ਇਹਨਾਂ ਗੱਲਾਂ ਦਾ ਵੀ ਇਹਨੂੰ ਇੱਕ, ਮੈਂ ਤਾਂ ਇਹਨੂੰ ਪੋਜ਼ਿਟਿਵਲੀ ਲੈਂਦਾ ਕਿ ਵੀ ਸਾਡੇ ਅੰਦਰ ਹਲੇ ਉਹ ਪੈਸ਼ਨ ਹੈਗੀ ਆ, ਸਾਡੇ ਯੂਥ ਦੇ ਅੰਦਰ ਉਹ ਜਜ਼ਬਾ ਹੈਗਾ। ਅਤੇ ਜੇ ਉਹ ਇੰਟਰਨਲੀ ਨਹੀਂ ਸਹਿੰਦਾ ਇੰਝ ਹੀ ਗੱਲ ਨੂੰ, ਤਾਂ ਉਹ ਜਦੋਂ ਟਕਰਾਊਗਾ ਆਪਦੇ ਦੁਸ਼ਮਣ ਨਾਲ, ਹੈ ਉਦੋਂ ਉਹ ਤਾਂ ਬਹੁਤ ਅੱਗੇ ਚੱਲੂਗਾ। ਇਹ ਗੱਲਾਂ ਤਾਂ ਅੰਗਰੇਜ਼ ਨੇ ਵੀ ਸਮਝੀਆਂ ਸੀ, ਉਦੋਂ ਬਾਅਦ ਭਾਰਤੀ ਹਕੂਮਤ ਵੀ ਸਮਝਦੀ ਆ ਕਿ ਸਾਡੀਆਂ ਜਿਹੜੀਆਂ ਰੈਜੀਮੈਂਟਾਂ ਹੈ ਜਦੋਂ ਲੜਦੀਆਂ, ਤਾਂ ਉਹ ਫਿਰ ਉਦੋਂ ਵੀ ਕਹਿਣ ਕਿ ਵੀ ਇਹ ਤਾਂ ਹੋਰ ਕੋਈ ਨਾਰਾ ਬਣਾ ਲਓ ਇਹਨਾਂ ਦਾ, ਅਤੇ ਉਦੋਂ ਵੀ ਤਾਂ ਉਹਨੂੰ ਉਹ ਲੜਦੀਆਂ ਤਾਂ ਖਾਲਸਾ ਹੀ ਜਜ਼ਬੇ ਤੋਂ ਲੜਦੀਆਂ ਨਾ। ਹੈ ਉਹ ਠੀਕ ਆ, ਆਪਾਂ ਉਹਨੂੰ ਕੋਈ ਹੋਰ ਦੇ ਜਾਈਏ। ਰਾਜਨਾਥ ਸਿੰਘ ਨੂੰ ਆਪਦੇ ਆਪ ਨੂੰ ਹਿੰਦੁਸਤਾਨ ਤਾਂ ਸਿਕਿਓਰ ਲੱਗਿਆ ਕਿ ਉਹ ਜਕਾਰਾ ਛਡਵਾਇਆ, ਉਹਨੀ ਦੇਰ ਉਹ ਡਰੀ ਗਿਆ ਚੀਨ ਵਾਲਿਆਂ ਤੋਂ। ਅਤੇ ਇਹ ਆ, ਅਤੇ ਇਹ ਸਮਝਣਾ ਚਾਹੀਦਾ ਇਹਨਾਂ ਨੂੰ। ਸੋ ਜਿਹੜੇ ਸੁਣ ਰਹੇ ਨੇ ਆਪਣੇ ਸਾਰੇ ਦਰਸ਼ਕ ਕੀ ਸਮਝਣ ਕਿ ਸਾਰੇ ਹੁਣ ਇੱਕਮੁੱਠ ਨੇ ਇਸ ਮੋਰਚੇ ਦੇ ਵਿੱਚ, ਸਾਰੇ ਇੱਕਜੁੱਟ ਨੇ, ਕਿਉਂਕਿ ਜਿਹੜੇ ਇਸ ਮੋਰਚੇ ਦੇ ਵਿੱਚ ਪਹੁੰਚ ਨਹੀਂ ਸਕਦੇ, ਵਿਦੇਸ਼ਾਂ ਵਿੱਚ ਬੈਠੇ ਨੇ ਜਾਂ ਘਰਾਂ ਵਿੱਚ ਕਿਸੇ ਵੀ ਮਜਬੂਰੀ ਵੱਸ ਬੈਠੇ ਨੇ, ਪਹੁੰਚ ਨਹੀਂ ਸਕਦੇ, ਉਹਨਾਂ ਦੇ ਦਿਲ ਬੜੇ ਡਰੇ ਹੋਏ ਨੇ ਵੀ ਕਿਤੇ ਫੁੱਟ ਪੈ ਗਈ, ਇਹ ਹੋ ਜਾਣਾ, ਉਹ ਹੋ ਜਾਣਾ, ਕੀ ਮੈਸੇਜ ਆ? ਵੇਖੋ ਜੀ, ਗੁਰੂ ਮਹਾਰਾਜ ਦੇ ਉੱਤੇ ਭਰੋਸਾ ਰੱਖੋ। ਜੋ ਗੁਰੂ ਮਹਾਰਾਜ ਨੇ ਕਲਾ ਵਰਤਾਈ ਆ ਪਿਛਲੇ 2-3 ਸਾਲਾਂ 'ਚ, ਉਹ ਕੋਈ ਬੁੱਧੀਜੀਵੀ, ਕੋਈ ਦੁਨੀਆ ਦਾ ਐਨਾਲਿਸਟ, ਕੋਈ ਥਿੰਕਰ, ਕੋਈ ਪੋਲੀਟੀਸ਼ੀਅਨ ਨਹੀਂ ਦੱਸ ਸਕਦਾ ਸੀਗਾ ਕਿ ਵੀ ਇਹ ਹੋਊਗਾ। ਹਾਂ, ਕਿਆਸ ਰਾਈਆਂ ਲੱਗ ਰਹੀਆਂ ਸੀਗੀਆਂ ਭਾਈ ਮਨਤੀਰ ਸਿੰਘ 'ਤੇ, ਅਸੀਂ ਬਹੁਤ ਵਾਰੀ ਸੋਚਿਆ ਸੀ ਵੀ ਇਹ ਹੋ ਜੂਗਾ, ਜਾਂ ਇਹ ਕਹਿ ਲਓ ਸਾਡੀ ਇੱਛਾ ਸੀਗੀ ਕਿ ਇਹ ਜਿਹਾ ਕੁਛ ਡੀਸੈਂਟਰਲਾਈਜ਼ ਲੀਡਰਸ਼ਿਪ ਨਿਕਲਿਆਊਗੀ, ਯੂਥ ਉੱਠ ਕੜੂਗਾ ਅਤੇ ਸਿੱਖਾਂ ਦਾ ਇੱਕ ਨਾਂ ਹੋਊਗਾ, ਉਹ ਉਹਨਾਂ ਦੇ ਪਾਤਸ਼ਾਹੀ ਦਾਅਵੇ ਨੂੰ ਲੋਕ ਕਬੂਲ ਕਰਨਗੇ, ਉਹਨਾਂ ਨੂੰ ਰਾਹ ਹਰਿਆਵਲ ਦਸਤਾ ਬਣੂਗਾ ਹਿੰਦੁਸਤਾਨ 'ਚ। ਇਹ ਕਿਤੇ ਨਾ ਕਿਤੇ ਥਿਓਰਾਈਜ਼ ਹੋ ਰਹੀਆਂ ਸੀ ਗੱਲਾਂ, ਪਰ ਅੱਜ ਇਹ ਸਾਹਮਣੇ ਸਾਡੇ ਪ੍ਰੈਕਟੀਕਲ ਹੋ ਰਹੀਆਂ। ਅਤੇ ਇਹਨੂੰ ਆਪਾਂ ਗੁਰੂ ਮਹਾਰਾਜ ਦੀ ਕਲਾ ਨਾਲ ਹੀ ਡਿਸਕ੍ਰਾਈਬ ਕਰ ਸਕਦੇ, ਹੋਰ ਕੋਈ ਲੋਜੀਕਲ ਜੇ ਕਹੋ ਨਾ ਕਿ ਵੀ ਆਹ ਤਰਕ ਨਾਲ, ਕਿਸੇ ਲੋਜਿਕ ਨਾਲ, ਕਿਸੇ ਰੈਸ਼ਨਲ ਨਾਲ ਡਿਸਕ੍ਰਾਈਬ ਜੋ ਨਹੀਂ ਹੁੰਦਾ ਜੀ, ਇਹ ਤਾਂ ਨਜ਼ਰ ਆ ਰਿਹਾ। ਤਾਂ ਜੇ ਉਹਨੇ ਆਪਾਂ ਨੂੰ ਬੈਰੀਅਰ ਤੋੜਨ ਦੀ ਸ਼ਕਤੀ ਦਿੱਤੀ, ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ, ਤਾਂ ਆਪਾਂ ਨੂੰ ਜਿੱਤਾਂ ਵੀ ਦਵਾਊਗਾ। ਅੱਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿਹੜਾ ਸਿੱਖ ਯੂਥ ਆ, ਜਿਹੜਾ ਖਾਲਸਾਈ ਯੂਥ ਚਿੰਨ੍ਹ ਦੇ ਉੱਤੇ ਜਾਂ ਖਾਲਸਾਈ ਭਾਵਨਾ ਦੇ ਉੱਤੇ ਵਾਲਾ ਯੂਥ ਆ, ਇਹ ਭਰੋਸਾ ਰੱਖੋ ਕਿ ਜੇ ਉਹਨੂੰ ਜਬਰ ਨਾਲ ਲੜਨਾ ਆਉਂਦਾ ਨਾ, ਤਾਂ ਉਹਨੂੰ ਸਬਰ ਵੀ ਆਉਂਦਾ ਹੈਗਾ, ਉਹ ਸਬਰ ਰੱਖੂਗਾ। ਜਿਹੜਾ ਵੀ ਕੋਈ ਬਾਹਰ ਬੈਠਾ ਹੈ, ਚਾਹੇ ਇੱਥੇ ਬੈਠਾ ਹੈ ਜਾਂ ਸਾਨੂੰ ਤੋੜਨਾ ਚਾਹੁੰਦਾ ਹੈ, ਉਹ ਯਾਦ ਰੱਖੇ ਕਿ ਅਸੀਂ ਸਬਰ ਨਾਲ ਲੜਨਾ ਜਾਣਦੇ ਹਾਂ ਅਤੇ ਸਾਡਾ ਇਤਿਹਾਸ ਆ ਸਬਰ ਵਿਖਾਉਣ ਦਾ। ਅਤੇ ਸਾਡਾ ਯੂਥ ਜਿਹੜਾ ਉਹ ਐਂ ਛੋਟੀਆਂ ਛੋਟੀਆਂ ਗੱਲਾਂ 'ਤੇ, ਠੀਕ ਹੈ ਇੱਕ ਵਾਰੀ ਉਹਨਾਂ ਨੇ ਆਪਦੀਆਂ ਭਾਵਨਾ ਵਿਖਾਈਆਂ ਅਤੇ ਉਹਨੇ ਸਿੱਧੇ ਰਾਹ ਪਾਇਆ ਰਾਜੇਵਾਲ ਸਾਹਿਬ ਨੂੰ, ਪਰ ਉਹ ਮੋਰਚਾ ਛੱਡ ਕੇ ਜਾਣ ਵਾਲਾ ਨਹੀਂ ਗਾ, ਇੱਥੇ ਡਟਿਆ ਰਹੂਗਾ। ਇਹਨਾਂ ਗੱਲਾਂ ਤੋਂ ਪ੍ਰਵੋਕ ਹੋ ਕੇ ਤਾਂ ਬਿਲਕੁਲ ਨਹੀਂ ਜਾਣ ਵਾਲਾ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਸਿੰਘੂ ਬਾਰਡਰ ਤੇ ਮੋਰਚੇ ਤੋਂ ਹਰ ਕੋਈ ਜਿਹੜੇ ਮਤਲਬ ਸੁਹਿਰਦ ਲੋਕ ਇਸ ਦੇ ਨਾਲ ਜੁੜੇ ਹੋਏ ਨੇ, ਚਾਹੇ ਕਿਸੇ ਵੀ ਵਰਗ ਦੇ ਹੋਣ, ਉਹਨਾਂ ਦੀ ਇਹੀ ਕੋਸ਼ਿਸ਼ ਹੈ ਕਿ ਮੋਰਚੇ ਦੇ ਵਿੱਚ ਇੱਕਜੁੱਟਤਾ ਬਣੀ ਰਹੇ, ਕਿਉਂਕਿ ਮੋਰਚੇ ਦੇ ਵਿੱਚ ਇਕੱਲੇ ਕਿਸਾਨ ਨਹੀਂ ਹੈਗੇ, ਕਿਸਾਨ ਅੰਨ ਉਗਾਉਂਦਾ, ਹਰ ਵਰਗ ਖਾਂਦਾ, ਅਤੇ ਉਹ ਹਰ ਵਰਗ ਦੇ ਲੋਕ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ, ਔਰ ਹਰ ਜਾਤ ਦੇ ਹਰ ਧਰਮ ਦੇ ਲੋਕ ਇੱਥੇ ਪਹੁੰਚੇ ਹੋਏ ਨੇ। ਸੋ ਇਹਨੂੰ ਇੱਕ ਭਾਈਚਾਰੇ ਨਾਲ ਜੁੜਿਆ ਮੋਰਚਾ ਅਸੀਂ ਨਹੀਂ ਦੱਸ ਸਕਦੇ, ਅਤੇ ਇਹਦੇ ਵਿੱਚ ਵੀ ਉਹ
कह रहे हैं कि कोई शक नहीं है कि जो बैरीयर टुटे ने जिन्हें भी राह रोक टुटिया ने एक जज्बे के तहत ही टुटिया ने एक खालसाई रंग के रंगया होया जो जज्बा होंगे अंदरूनी भावनावां होंदिया ने बोले सो निहाल के जयकारियां के नाल ही वो बैरीयर ने जोड़े टुटे ने। सो असी भी अपील करते हैं खालस टीवी तो सारियां नूं कि एकता बनाई रखो संघर्ष ने जोड़े वो एकता के नाल ही एके दे नाल ही फतेह होंगे ने। वीडियो जर्नलिस्ट दलप्रीत सिंह हरशरण कौर खालस टीवी लई सिंघू बॉर्डर तो खास रिपोर्ट।